ਅਸਲਾਮ ਵਾਲੇਕੁਮ ਜੀ ਐਮਪੀਆਰ ਬ੍ਰਿਸ਼ ਸਤਿ ਸ਼੍ਰੀ ਅਕਾਲ ਆਦਾਬ ਮੈਂ ਹਾਂ ਤੁਹਾਡਾ ਆਪਣਾ ਹੋਸਟ ਸ਼ਾਹਿਦ ਸ਼ਬੀਰ ਬਾਬਾ ਜੀ ਔਰ ਤੁਸੀਂ ਦੇਖ ਰਹੇ ਹੋ ਰੇਡੀਓ ਸਾੜੇ ਵਾਲਾ ਰੇਡੀਓ ਸਾੜੇ ਵਾਲਾ 87.8 ਐਫਐਮ ਆਕਲੈਂਡ ਨਿਊਜ਼ੀਲੈਂਡ ਤੋਂ ਤੁਸੀਂ ਇਹ ਪ੍ਰੋਗਰਾਮ ਦੇਖ ਰਹੇ ਹੋ ਵਿਛੋੜੇ ਦੇ ਨਾਮ ਦੇ ਤੋਂ ਇੱਕ ਪ੍ਰੋਗਰਾਮ ਅਸੀਂ ਸ਼ੁਰੂ ਕਰਨ ਲਈ ਜਾ ਰਹੇ ਹਾਂ ਔਰ ਉਹਦੀਆਂ ਕਾਫੀ ਐਪੀਸੋਡ ਅਸੀਂ ਰਿਕਾਰਡ ਵੀ ਕਰ ਚੁੱਕੇ ਹਾਂ 552ਵਾਂ ਗੁਰੂਪੁਰਬ ਗੁਜ਼ਰਿਆ ਬਾਬਾ ਗੁਰੂ ਨਾਨਕ ਸਾਹਿਬ ਦਾ ਤੇ ਬਾਬਾ ਗੁਰੂ ਨਾਨਕ ਸਾਹਿਬ ਨਾਲ ਜੁੜੀਆਂ ਯਾਦਾਂ ਵੀ ਸਾਹਮਣੇ ਆਣਾ ਸ਼ੁਰੂ ਹੋ ਗਈਆਂ ਬਾਬਾ ਗੁਰੂ ਨਾਨਕ ਸਾਹਿਬ ਨੂੰ ਦੁਨੀਆ ਤੇ ਆਏ ਹੋਏ 552 ਸਾਲ ਹੋ ਗਏ ਉਹਨਾਂ ਦੀ ਆਣ ਸ਼ਵੰਸ਼ ਦੇ ਬਾਰੇ ਵਿੱਚ ਹਮੇਸ਼ਾ ਹੀ ਚੇਮ ਗੋਈਆਂ ਹੁੰਦੀਆਂ ਰਹਿੰਦੀਆਂ ਨੇ ਲੋਕ ਗੱਲਬਾਤ ਕਰਦੇ ਰਹਿੰਦੇ ਨੇ ਬੇਦੀ ਪਰਿਵਾਰ ਦੇ ਮੁਤਲਕ ਕਿ ਬਾਬਾ ਗੁਰਨਾਨਕ ਸਾਹਿਬ ਜਿਹੜੇ ਸਾਨੂੰ ਬੇਦੀ ਪਰਿਵਾਰ ਤੋਂ ਸਾਨੂੰ ਔਰ ਉਹਨਾਂ ਦੇ ਡਿਸੈਂਡੈਂਟ ਕਿੱਥੇ ਨੇ ਕੌਣ ਹੈ ਕੀ ਹੈ ਤੇ ਉਹ ਹਮੇਸ਼ਾ ਤੋਂ ਹੀ ਇੱਕ ਤਸਕਰਾ ਬਣ ਕੇ ਗੱਲ ਸਾਹਮਣੇ ਰਹੀ ਹੈ ਤੇ ਗੁਰਪਿਆਰੀ ਸੰਗਤ ਜੀ ਇਸ ਜਗ੍ਹਾ ਜਿੱਥੇ ਮੈਂ ਖਲੋਤਾ ਹਾਂ ਅਗਰ ਤੁਸੀਂ ਦੇਖ ਸਕੋ ਮੇਰੇ ਪਿੱਛੇ ਜਾਮਨ ਦਾ ਬਾਗ ਨਜ਼ਰ ਆ ਰਿਹਾ ਹੈ ਅਗਰ ਇਸ ਸਾਈਡ ਤੇ ਦੇਖੋ ਤੇ ਫਿਰ ਜਾਮਨ ਦਾ ਫਿਰ ਅੰਬ ਵੀ ਨਜ਼ਰ ਆ ਰਹੇ ਨੇ ਔਰ ਅਗਰ ਦੇਖੋ ਤੇ ਅਦਰਖਤ ਦੀ ਔਟ ਦੇ ਚ ਉਹ ਪਿੱਛੇ ਅਗਰ ਮਸਜਿਦ ਦੇ ਮਿਨਾਰੇ ਦੇ ਨਾਲ ਤੁਸੀਂ ਅਗਰ ਦੇਖੋ ਤੇ ਬਾਬਾ ਗੁਰੂ ਨਾਨਕ ਸਾਹਿਬ ਦੇ 16ਵੇਂ ਅੰਸ਼ ਵੰਚ ਦੇ ਵਿੱਚ ਉਹ ਬਾਬਾ ਖੇਮ ਸਿੰਘ ਬੇਦੀ ਸਰ ਰਾਏ ਬਹਾਦਰ ਬਾਬਾ ਸਰ ਖੇਮ ਸਿੰਘ ਬੇਦੀ ਦੀ ਜਿਹੜਾ ਮਹਿਲ ਹੈ ਉਦੋਂ ਟੌਪ ਫਲੋਰ ਨਜ਼ਰ ਆ ਰਿਹਾ ਹੈ ਫੋਰਥ ਫਲੋਰ ਜਿਹਨੂੰ ਕਹਿੰਦੇ ਕਿ ਮਮਟੀਆਂ ਨਜ਼ਰ ਆ ਰਹੀਆਂ ਨੇ ਜਿਹੜੀਆਂ ਦਫਾਈ ਚੋਕੀਆਂ ਬਣੀਆਂ ਹੋਈਆਂ ਸਾਨੂੰ ਤੇ ਉਹ ਨਜ਼ਰ ਆ ਰਹੀਆਂ ਨੇ ਬਾਬਾ ਖੇਮ ਸਿੰਘ ਵੀ ਵੈਸੇ ਤੇ ਹਿਸਟਰੀ ਦੀ ਇਹਨਾਂ ਦੀ ਬੜੀ ਕਾਉਂਟਰਵਰਸ਼ੀਅਲ ਜੀ ਰਹੀ ਹੈ ਕਿਉਂਕਿ ਇਹਨਾਂ ਦੀ ਕੁਝ ਆਰਡਰਸ ਜਾਂ ਕੁਝ ਇਹੋ ਜੀਆਂ ਗੱਲਾਂ ਸਨ ਜਿਹੜੀਆਂ ਕਿ ਖਾਲਸਾ ਪੰਥ ਕਹਿੰਦਾ ਹੈ ਕਿ ਅਸੀਂ ਉਸ ਚੀਜ਼ ਨੂੰ ਅਸੀਂ ਤਿਆਗਨੇ ਆ ਅਸੀਂ ਉਸ ਚੀਜ਼ ਨੂੰ ਨਹੀਂ ਮੰਨਦੇ ਮੈਂ ਪਹਿਲੇ ਦੱਸ ਦਵਾਂ ਕਿ ਪਹਿਲੇ ਕੌਂਟਰੋਵਰਸੀ ਕਰਨ ਤੋਂ ਪਹਿਲੇ ਜਰਾ ਤੁਸੀਂ ਥੋੜੀ ਜੀ ਤਾਰੀਖ ਵੱਲ ਜ਼ਰੂਰ ਦੇਖਣਾ ਭਾਵੇਂ ਅਗਰ ਉਹਨਾਂ ਨੇ ਕੁਝ ਗਲਤ ਕੀਤਾ ਬਟ ਦੇ ਆਰ ਡਾਇਰੈਕਟਲੀ ਡਿਸੈਂਡੈਂਟ ਆਫ ਦੀ ਬਾਬਾ ਗੁਰਨਾਨਕ ਸਾਹਿਬ ਮਤਲਬ ਕਿ ਬੇਦੀ ਪਰਿਵਾਰ ਚੋਂ ਬਾਬਾ ਗੁਰਨਾਨਕ ਸਾਹਿਬ ਦੇ 16ਵੇਂ ਅਣਛਮਨ ਸ ਹੈ ਤੇ ਇਸ ਵਾਸਤੇ ਖਾਲਸਾ ਪੰਥ ਦੀ ਜਿਹੜੀ ਹੈ ਰਿਸਪੈਕਟ ਉਹਨਾਂ ਦੇ ਨਾਲ ਜੁੜੀ ਹੋਈ ਹੈ ਹਾਰ ਮੁਕਾਮ ਜਿਹੜੀ ਇਹਨਾਂ ਦੀ ਗੱਦੀ ਹੈ ਇਸ ਵੇਲੇ ਮੈਂ ਕਹਾਂਗਾ ਕਿ ਬਾਬਾ ਗੁਰਬਖਸ਼ ਸਿੰਘ ਬੇਦੀ ਜਿਹੜੇ ਨੇ ਉਹਨਾਂ ਤੱਕ ਦੀ ਲੜੀ ਤੇ ਸਾਰੀ ਜਿਹੜੀ ਹੈ ਉਹ ਇੱਥੇ ਚੱਲਦੀ ਹੈ ਔਰ ਉਸ ਤੋਂ ਬਾਅਦ ਜਾ ਕੇ ਜਿਹੜਾ ਕਿੱਥੇ ਲੁਧਿਆਣੇ ਦੇ ਵਿੱਚ ਇਹਨਾਂ ਦੀ ਜਿਹੜੀ ਹੈ ਗੱਦੀ ਜਿਹੜੀ ਹੈ ਅੱਜ ਵੀ ਉੱਥੇ ਚੱਲ ਰਹੀ ਹੈ ਬੇਦੀ ਪਰਿਵਾਰ ਦੀ ਕੁਝ ਕਾਫੀ ਚੀਜ਼ਾਂ ਐਸੀਆਂ ਸਨ ਜਿਹੜੀਆਂ ਕਿ ਤੁਸੀਂ ਕਹਿ ਲਵੋ ਕਿ ਖਾਲਸਾ ਪੰਥ ਉਹਨੂੰ ਐਕਸੈਪਟ ਨਹੀਂ ਕਰਦਾ ਬਟ ਕਿਤੇ ਨਾ ਕਿਤੇ ਸੋਰਸ ਆਫ ਹਿਸਟਰੀ ਨੂੰ ਯੂਜ਼ ਕਰਨ ਵਾਸਤੇ ਸੀ ਉਹਨਾਂ ਲੋਕਾਂ ਨੂੰ ਹੀ ਉਹਨਾਂ ਪਰਿਵਾਰਾਂ ਨੂੰ ਵੀ ਨਾਲ ਅਸੀਂ ਜੋੜਦੇ ਆਂ ਚਾਹੇ ਉਹ ਦਾਸੀ ਦੇ ਵਿੱਚ ਚਲੇ ਗਏ ਸਨ ਚਾਹੇ ਉਹ ਨਾਤਪੰਤੀ ਦੇ ਵਿੱਚ ਸਨ ਜਾਂ ਚਾਹੇ ਉਹਨਾਂ ਨੇ ਕੋਈ ਹੋਰ ਫਿੱਕਾ ਜਿਹੜਾ ਆਪਣਾ ਉਹ ਜਾ ਕੇ ਬਣਾਇਆ ਇਸੇ ਤਰ੍ਹਾਂ ਹੀ ਜਿਸ ਤਰ੍ਹਾਂ ਕਿ ਬਾਬਾ ਗੁਰਨਾਨਕ ਸਾਹਿਬ ਦੇ ਇੱਕ بیٹے ਨੇ ਉਦਾਸੀ ਲੈ ਲਈ ਸੀ ਠੀਕ ਹੈ ਜੀ ਔਰ ਇੱਕ ਦੁਨੀਆਦਾਰ ਹੋ ਗਏ ਸਨ ਤੇ ਸੋ ਜਿਹੜੀ ਦੁਨੀਆਦਾਰ ਨੇ ਹੋਏ ਸਨ ਉਹਨਾਂ ਦੇ ਆਂਸ਼ਵੰਚ 16ਵੀਂ ਪੀੜੀ ਤੋਂ ਜਾ ਕੇ ਬਾਬਾ ਗੁਰਨਾਨਕ ਸਾਹਿਬ ਦੇ ਨਾਲ ਜਿਹੜੇ ਮੀਲਰ ਰਾਏ ਬਹਾਦਰ ਖੇਮ ਸਿੰਘ ਬੀਦੀ ਦੀ ਜਿਹੜੀ ਆਲ ਔਲਾਦ ਹੈ ਆਪਾਂ ਉਹਨਾਂ ਦੇ ਬਾਰੇ ਗੱਲ ਕਰਾਂਗੇ ਇਹ ਐਕਸਕਲੂਸਿਵ ਰਿਪੋਰਟ ਤੁਸੀਂ ਦੇਖ ਰਹੇ ਹੋ ਨਿਊਜ਼ੀਲੈਂਡ ਦੇ ਸਭ ਤੋਂ ਜ਼ਿਆਦਾ ਦੇਖੇ ਅਤੇ ਸੁਣਨ ਜਾਣ ਵਾਲੇ ਚੈਨਲ ਜਿਹੜੇ ਨੇ ਵੈਬ ਟੀਵੀ ਹੈ ਕਿਹੜਾ ਸਾਡੇ ਵਾਲਾ ਉਹ ਰੇਡੀਓ ਕਿਹੜਾ ਹੈ ਸਾਡੇ ਵਾਲਾ ਔਰ ਪ੍ਰੋਗਰਾਮ ਕਿਹੜਾ ਹੈ ਵਿਛੋੜਾ ਸੋ ਬਿਫੋਰ ਸਟਾਰਟ ਆਫ ਦੀ ਪ੍ਰੋਗਰਾਮ ਆਮ ਸੇਇੰਗ ਥੈਟ ਆਲ ਰਾਈਟਸ ਆਰ ਰਿਜ਼ਰਵਡ ਬਾਈ ਰੇਡੀਓ ਸਾਡੇ ਵਾਲਾ ਐਂਡ ਸ਼ਾਹਿਦ ਸ਼ਬੀਰ ਅਫੀਸ਼ਲ ਤੇ ਅਸੀਂ ਅੱਜ ਗੱਲ ਕਰਾਂਗੇ ਉਹਨਾਂ ਦੇ ਨਾਲ ਜੋ ਕਿ ਅੱਜ ਵੀ ਬਾਬਾ ਖੇਮ ਸਿੰਘ ਬੈਦੀ ਦਾ ਅਗਰ ਪੀਰੀਅਡ ਤੁਸੀਂ ਗਿਣਦੇ ਹੋ ਤੇ ਉਹ ਇੱਕ ਲੰਬਾ ਪੀਰੀਅਡ ਹੈ ਔਰ ਉਹਨਾਂ ਨੇ ਆਪਣਾ ਮੁਕਾਮ ਜਿਹੜਾ ਹੈ ਬੜਾ ਬਹੁਤ ਹੀ ਕੋਸ਼ਿਸ਼ ਕਰਕੇ ਬ੍ਰਿਟਿਸ਼ ਸਾਮਰਾਜ ਦੇ ਵਿੱਚ ਬਣਾਇਆ ਸੀ ਔਰ ਸਿੱਖੀ ਨੂੰ ਉਸ ਵੇਲੇ ਬਚਾਇਆ ਸੀ ਅਗਰ ਜਿਹੜੇ ਲੋਕ 1877 ਜਾਂ 1876 ਦੇ ਅਕਾਊਂਟ ਪੜ੍ਹਦੇ ਨੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਜਦੋਂ ਚਾਰ ਸਿੱਖ ਬੱਚਿਆਂ ਨੂੰ ਅੰਮ੍ਰਿਤਸਰ ਦੇ ਵਿੱਚ ਮਿਸ਼ਨ ਸਕੂਲ ਦੇ ਵਿੱਚ 크ਰਿਸਚੀਅਨ ਕਨਵਰਟ ਕੀਤਾ ਗਿਆ ਸੀ ਤਾਂ ਬਾਬਾ ਜੀ ਨੇ ਉਸ ਵੇਲੇ ਬਰਪੂਰ ਇੱਕ ਜਿਹੜੀ ਐ ਸਿੱਖੀ ਲਹਿਰ ਚਲਾਈ ਸੀ ਜਿਹਦੇ ਕਰਕੇ ਸਿੱਖਾਂ ਨੂੰ ਇੱਕ ਜਗ੍ਹਾ ਦੇ ਉੱਤੇ ਇਕੱਠਾ ਕੀਤਾ ਸੀ ਤੇ ਸੋ ਉਹਨਾਂ ਦੇ ਅਨੁਸ਼ਾਸਨ ਦੇ ਵਿੱਚ ਇੱਕ ਬਜ਼ੁਰਗ ਸਾਡੇ ਨਾਲ ਮੌਜੂਦ ਨੇ ਜਿਸ ਤਰ੍ਹਾਂ ਕਿ ਤੁਸੀਂ ਸਾਰੇ ਕਹਿੰਦੇ ਹੋ ਕਿ ਤੁਹਾਡੇ ਜਿਹੜੇ ਪ੍ਰੋਗਰਾਮ ਹੁੰਦੇ ਨੇ ਬਹੁਤ ਮੋਟੀਵੇਸ਼ਨਲ ਹੁੰਦੇ ਨੇ ਤੁਸੀਂ ਜਦੋਂ ਕੋਈ ਪ੍ਰੋਗਰਾਮ ਕਰਦੇ ਹੋ ਤੇ ਉਹ ਸਾਨੂੰ ਸਾਡੀਆਂ ਅੱਖਾਂ ਦੇ ਵਿੱਚ ਵੀ ਔਰ ਦਿਲ ਦਿਮਾਗ ਦੇ ਵਿੱਚ ਵੀ ਬੈਹ ਜਾਂਦਾ ਹੈ ਇਸੇ ਤਰ੍ਹਾਂ ਹੀ ਬਾਬਾ ਜੀ ਦੀ ਜਿਹੜੀ 19ਵੀਂ ਪੀੜ੍ਹੀ ਹੈ ਬਾਬਾ ਜੀ ਦੀ ਜਿਹੜੀ 19ਵੀਂ ਪੀੜੀ ਹੈ ਜਾਂ 20ਵੀਂ ਪੀੜੀ ਹੈ ਉਹਨਾਂ ਦੇ ਵਿੱਚ ਯਾਨੀ ਕਿ ਨਾਤੀ ਨਾਨਕਾਕਾਰ ਜਿਹੜਾ ਇਹਨਾਂ ਦਾ ਜਾ ਕੇ ਮਿਲਦਾ ਹੈ ਬਾਬਾ ਗੁਰੂ ਨਾਨਕ ਸਾਹਿਬ ਦੇ ਨਾਲ ਕਿੰਨੀਵੀਂ ਪੀੜੀ ਤੋਂ 19 ਤੋਂ 20ਵੀਂ ਪੀੜੀ ਤੋਂ ਕਿਉਂਕਿ ਮੇਰੇ ਨਾਲ ਅੱਜ ਜਿਹੜੇ ਸ਼ਖਸੀਅਤ ਤੁਹਾਨੂੰ ਮੈਂ ਮਿਲਾਨ ਲਈ ਜਾ ਰਿਹਾ ਕੋਈ ਉਹ ਆਮ ਬੰਦੇ ਨਹੀਂ ਹਨ ਉਹ ਬਾਬਾ ਅਕਸਰ ਖੀਮ ਸਿੰਘ ਬੀਦੀ ਦੇ ਜਿਹੜੇ ਨੇ ਨਾਤੀ ਨੇ ਨਵਾਸੇ ਲੱਗਦੇ ਨੇ ਅੱਜ ਜਦੋਂ ਉਹਨਾਂ ਦੇ ਨਾਲ ਗੱਲਾਂ ਬਾਤਾਂ ਕੀਤੀਆਂ ਤੇ ਅੱਖਾਂ ਦੇ ਵਿੱਚੋਂ ਉਹਨਾਂ ਦੇ ਅਥਰੂ ਜਾਰੀ ਹੋ ਗਏ ਕਿ ਐਡੀਆਂ-ਐਡੀਆਂ ਵੱਡੀਆਂ ਜ਼ਗੀਰਾਂ ਦੇ ਮਾਲਕ ਜਿਹੜੇ ਨੇ ਅੱਜ ਛੋਟੀ ਜੀ ਦੁਕਾਨ ਦੇ ਉੱਤੇ ਕੰਮ ਕਰ ਰਹੇ ਸਨ ਮੈਨੂੰ ਦੇਖ ਕੇ ਜਦੋਂ ਰਕਬੇ ਦੀ ਗੱਲ ਆਈ ਨਾ ਕਿ ਜਿਹੜਾ ਗ੍ਰਾਂਟ ਹੋਇਆ ਸੀ ਰਕਬਾ ਬਾਬਾ ਸਰਖੇਮ ਸਿੰਘ ਬੇਦੀ ਨੂੰ 28272 ਏਕੜ 28272 ਏਕੜ ਸਿਰਫ ਸਾਹੀਵਾਲ ਦੇ ਵਿੱਚ ਮੋਂਟਗੋਮਰੀ ਦੇ ਵਿੱਚ ਇਹ ਬਾਗ ਜਿਹੜਾ ਇੱਕ ਮਰਬੇ ਦਾ ਪੂਰਾ ਬਾਗ ਸੀ ਇਹ ਜਿਸ ਬਾਗ ਚ ਅਸੀਂ ਖਲੋਤੇ ਜਿੱਥੇ ਅੱਜ 10 ਬੂਟੇ ਤੁਹਾਨੂੰ ਨਜ਼ਰ ਆ ਰਹੇ ਨੇ ਜਿਹੜੇ ਬੰਦਿਆਂ ਨੇ ਮੇਰਾ 7 ਸਾਲ ਪਹਿਲੇ ਦੀਆਂ ਤਸਵੀਰਾਂ ਮੇਰੀਆਂ ਦੇਖੀਆਂ ਸੀ ਕ੍ਰਿਸ਼ਨਾ ਮੰਦਿਰ ਸਾਹਮਣੇ ਔਰ ਮੈਂ ਟੌਪ ਤੋਂ ਤਸਵੀਰਾਂ ਖਿੱਚ ਕੇ ਤੇ ਲਾਈਆਂ ਸਨ ਦੱਸਿਆ ਸੀ ਕਿ ਬਾਬਾ ਖੀਮ ਸਿੰਘ ਬੀ ਦੀ ਇਸ ਜਗ੍ਹਾ ਦੇ ਉੱਤੇ ਵਾਕ ਕਰਦੇ ਸਨ ਯਾਨੀ ਕਿ ਅਗਰ ਤੁਸੀਂ ਬਾਗ ਹੈ ਜਿਹੜੇ ਬੂਟੇ ਤੁਹਾਨੂੰ ਨਜ਼ਰ ਆ ਰਹੇ ਨੇ ਲਾਈਨ ਵਾਈਜ਼ ਇਹ ਬੂਟਿਆਂ ਦੀ ਉਮਰ ਕਟੋ-ਕਟ ਜੜੀ ਹੈ 160 ਤੋਂ 170 ਸਾਲੀਆਂ ਨੇ ਕਿ ਇਹਨਾਂ ਨੇ ਖਾਲਸਾ ਰਾਜ ਦੇਖਿਆ ਤੇ ਅਸੀਂ ਹੋਰ ਤੁਹਾਡੇ ਨਾਲ ਜ਼ਿਆਦਾ ਹਾਇਲ ਨਹੀਂ ਕਰਦੇ ਔਰ ਵਿਛੋੜੇ ਦੀ ਇਸ ਕਿਸਤ ਵਿੱਚ ਆਪਾਂ ਤੁਹਾਨੂੰ ਕਿਹਨਾਂ ਮਿਲਣ ਲਈ ਜਾ ਰਹੇ ਹਾਂ ਅ ਜੀ ਸਾਡੇ ਨਾਲ ਭਾਈ ਸਾਹਿਬ ਜਿਹੜੇ ਨੇ মনির ਭਾਈ ਸਾਹਿਬ ਜਿਹੜੇ ਨੇ ਇਸ ਵੇਲੇ ਮੌਜੂਦ ਨੇ ਅਸੀਂ ਇਹਨਾਂ ਦਾ ਪੂਰਾ ਤਾਰਫ਼ ਜਿਹੜਾ ਤੁਹਾਡੇ ਨਾਲ ਕਰਵਾਣੇ ਆ ਅਸਲਾਮੁਅਲੈਕੁਮ ਜੀ ਵਾਅਲੈਕੁਮ ਸਲਾਮ ਜੀ ਬਿਸਮਿਲ੍ਲਾ ਠੀਕ ਹੋ ਮੁਸਲਮਾਨ ਭਰਾ ਨੇ ਸਾਰਿਆਂ ਕੋ ਅਸਲਾਮੁਅਲੈਕੁਮ ਜਿਹੜੇ ਸਾਰੇ ਬਾਬੇ ਨੇ ਸਿੱਖ ਬਲਾਦੀ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਭਾਜੀ ਅਸੀਂ ਪਾਕਿਸਤਾਨ ਦੇ ਵਿੱਚ ਬੇਦੀ ਖਾਨਦਾਨ ਬਾਬਾ ਗੁਰਬੁਜ ਸਿੰਘ ਦੀ ਔਲਾਦ ਆ ਉਹਨਾਂ ਨੇ ਧੀ ਜਿਹੜੀ ਸੀ ਬੜੀ ਉਹ ਸਾਡੀ ਨਾਨੀ ਸੀ ਜਿਹੜੇ ਬਾਬਾ ਖੈਮ ਸਿੰਘ ਨੇ ਪੋਤਰੀ ਸਨ ਤੇ ਅਸੀਂ ਇਸਲਾਮ ਕਬੂਲ ਕੀਤਾ ਸੀ ਜਦੋਂ ਸਾਨੂੰ 1937 ਨੇ ਵਿੱਚ ਗਦਰ ਪਿਆ ਤੇ ਸਾਡੇ ਜਿਹੜੇ ਨਾਨਾ ਸਨ ਮੁਹੰਮਦਦੀਨ ਜਿਨ੍ਹਾਂ ਨੂੰ ਇਸਲਾਮੀ ਨਾਮ ਮਿਲਿਆ ਉਤਾਰ ਸਿੰਘ ਮੁਹੰਮਦਦੀਨ ਉਰਫ ਇਲਾ ਸਿੰਘ ਇਹ ਸਾਡੀ ਨਾਨੀ ਸਨ ਜ਼ੈਨਮ ਬੀਬੀ ਜਿਹੜੀ ਬਾਬਾ ਗੁਰਬੁਜ ਸਿੰਘ ਬੇਦੀ ਦੀ ਬੇਟੀ ਸਨ ਅਸੀਂ ਉਹਨਾਂ ਦੇ ਖਾਨਦਾਨ ਦੇ ਵਿੱਚ ਅਸੀਂ ਇਸਲਾਮ ਕਬੂਲ ਕਰਨ ਤੋਂ ਬਾਅਦ ਬੜਾ ਬਾਬਿਆਂ ਨੂੰ ਲਵਿਆ ਆਪਣੇ ਨੂੰ ਲੇਕਿਨ ਬਸ ਇਤਫਾਕ ਐਸਾ ਕਿ ਸਾਨੂੰ ਅੱਜ ਮੁਲਾਕਾਤ ਹੋਈ ਐ ਅਸੀਂ ਆਪਣੀਆਂ ਨਾਨੋ ਜੀ ਦੀਆਂ ਤਸਵੀਰਾਂ ਤੱਕੀਆਂ ਨੇ ਸਾਰਾ ਕੁਝ ਤੱਕਿਆ ਐ ਅਸੀਂ ਬੜੇ ਦੁੱਖ ਪਹੁੰਚੇ ਸਨ ਕਿ ਸਾਡੇ ਬਾਬੇ 74 ਸਾਲ ਤੋਂ ਬਾਅਦ ਅਸੀਂ ਆਪਣੇ ਬਾਬੇ ਦੀਆਂ ਤਸਵੀਰਾਂ ਤੱਕੇ ਜਾਣ ਬਾਕੀ ਅਸੀਂ ਆਪਣੇ ਬਾਬਿਆਂ ਦੀ ਸੱਸ ਰਿਆ ਕਹਣਿਆ ਸੋਂ ਗੂੜੇ ਨਹੀਂ ਅਸੀਂ ਤੁਹਾਡੀ ਔਲਾਦ ਹਾਂ ਸਾਨੂੰ ਮਿਲੋ ਅਸੀਂ ਤੁਹਾਨੂੰ ਲੱਭ ਰਿਆਂ ਬਤੀਆਂ ਛੁੱਕੇ ਲੱਭ ਰਿਆਂ ਸਾਡੇ ਬਾਬੇ ਕਿੱਥੇ ਗਏ ਨੇ ਸਾਨੂੰ ਕਲਾ ਸ਼ੋਰ ਕੇ ਤੁਸੀਂ ਚਲੇ ਗਏ ਹੋ ਮੈਨੂੰ ਤੁਸੀਂ ਦੱਸੋ ਕਿ ਤੁਸੀਂ ਮੈਨੂੰ ਕਿਸ ਤਰ੍ਹਾਂ ਲੱਭਿਆ ਔਰ ਤੁਹਾਡਾ ਮੇਰੇ ਜ਼ਿੰਦ ਕਾਫੀ ਲੋਕਾਂ ਨੇ ਬਾਬਾ ਜੀ ਦੇ ਉੱਤੇ ਕੰਮ ਕੀਤਾ ਲੇਕਿਨ ਮੈਂ ਤੁਸਾਂ ਕੀ ਖਾਲੀ ਮੈਂ ਹੀ ਕਿਸ ਤਰ੍ਹਾਂ ਨਜ਼ਰ ਆਇਆ ਜੀ ਸਰ ਅਸੀਂ ਆਪਣੇ ਬਾਬਿਆਂ ਦੀਆਂ ਜਦੋਂ ਆਏ ਨੇ ਅਸੀਂ ਵੀ ਉਹ ਰੋਸ ਨੇ ਉਹਨਾਂ ਨੇ ਚੈਨਲ ਫਲੋਲੇ ਸਿਆਂ ਸਾਰਿਆਂ ਨੇ ਕਿਸੇ ਜਾਈ ਸਾਡੇ ਬਾਬੇ ਦੀ ਕੋਈ ਪਹਿਚਾਨ ਲੱਭੇ ਆਖਰ ਤੁਹਾਡਾ ਨੰਬਰ ਦੇਖਿਆ ਮੋਬਾਈਲ 'ਚ ਤੁਸੀਂ ਉਹਨਾਂ ਨਾਲ ਘੁੰਮ ਰਹੇ ਸੀ ਉਹ ਬਾਬਿਆਂ ਸਾਡਿਆਂ ਦੇ ਨਾਲ ਤੋਂ ਅਸੀਂ ਤੁਹਾਨੂੰ ਫੋਨ ਕੀਤਾ ਤੁਸੀਂ ਕਿਹਾ ਕਿ ਦੋ ਦਿਨ ਪਹਿਲੇ ਤੁਹਾਡੇ ਸਾਰੇ ਬਾਬੇ ਇੰਡੀਆ 'ਚ ਆਏ ਸੇ ਚਲੇ ਗਏ ਬਲਕਿ ਮੈਂ ਕੋਸ਼ਿਸ਼ ਕਰਨੇ ਆ ਦੁਬਾਰਾ ਤੁਹਾਨੂੰ ਮਿਲਾਂ ਨਹੀਂ ਅਸੀਂ ਬਾਅਦ ਬਾਅਦ ਰਿਕੁਐਸਟ ਕਰਨੇ ਆ ਕਿ ਸਾਡੇ ਬਾਬੇ ਜਿੱਥੇ ਵੀ ਬੈਠੇ ਨੇ ਚਾਹੇ ਗੁਰੂ ਨਾਨਕ ਸਾਹਿਬ ਬਾਬਾ ਨੇ ਬੈਠੇ ਨੇ ਚਾਹੀਂ ਇੰਡੀਆ 'ਚ ਪਲੀਜ਼ ਸਾਡੇ ਨਾਲ ਤਲਾਪਤ ਕਰੋ ਸਾਡਾ ਨੰਬਰ ਹੈ ਭਾਜੀ ਖਬਰਾਂ ਦੇ ਦੇਸੋ ਅਸੀਂ ਸਾਰੇ ਮੌਜੂਦ ਹਾਂ ਮੁਹੰਮਦ ਦੀਨ ਜ਼ੈਨਮ ਬੀਬੀ ਦੀਆਂ ਤਰੇਤੀਆਂ ਸੀ ਦੋ ਪੁੱਤਰ ਸੇ ਜਿਨ੍ਹਾਂ ਦਾ ਨਾਂ ਪਹਿਲੀ ਪੁੱਤ ਨਾਂ ਅਕਬਰ ਜਾਨ ਸਾਹਿਬ ਦੂਈ ਨਾਂ ਬਲੈਜ ਜਾਨ ਸਾਹਿਬ ਤੀਸੀ ਨਾਂ ਅਸਕਰ ਜਾਨ ਸਾਹਿਬ ਜਿਹੜੇ ਬੇਟੇ ਵੇ ਜ਼ੌਉਰ ਅਹਿਮਦ ਕਵਾਰਾ ਅਬਦੁਲ ਰਹਿਮਾਨ ਇਹ ਦੋ ਬੇਟੇ ਸੀ ਉਹਨਾਂ ਦੇ ਇਥੋਂ ਹੀ ਖਾਲਸੇ ਸਾਡੀਆਂ ਅਜਾ ਵੀ ਰਹਾ ਸ਼ਮੂਜੂਦੀਆਂ ਹਰ ਸ਼ੈ ਮੌਜੂਦੀਆਂ ਬਾਬਾ ਖੈਮ ਸਿੰਘ ਦੀ ਔਲਾਦ ਉਹ ਵੀ ਪੀੜ੍ਹੀ ਅਸੀਂ ਮੌਜੂਦ ਹਾਂ ਅਸੀਂ ਉਹਨਾਂ ਦੇ ਦੋ ਤਰ੍ਹਾਂ ਨਾਂ ਨਾਨਕੇ ਦੇ ਵੱਡੇ ਸਾਡੇ ਇਹ ਗੱਲ ਦੱਸੋ ਤੁਸੀਂ ਮੈਨੂੰ ਕਿ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਜਿਹੜੇ ਤੁਹਾਡੇ ਇਹ ਨਾਨੀ ਜਿਹੜੇ ਮੁਸਲਮਾਨ ਹੋਏ ਸੀ ਉਹਨਾਂ ਦਾ ਕੋਈ ਨਾਮ ਜਿਹੜਾ ਸਾ ਪਹਿਲਾ ਨਾਮ ਜਿਹੜਾ ਕੋਈ ਦੇਖੋ ਅਸਾਂ ਉਸ ਟਾਈਮ ਮੌਜੂਦ ਨਹੀਂ ਸੀ ਹਾਂ ਸਾਡੀਆਂ ਮਦਾਨ ਨਹੀਂ ਸੀ ਲੇਕਿਨ ਸਾਨੂੰ ਮਤਲਬ ਹੈ कि ये दस्या गया पता नहीं बलवान क्या कुछ ना उन्होंने जेड़ा कि सू कर समझ नहीं आना पाया लेकिन बलवान कौर, कौर से इस किस्म का ना नाँ से लेकिन इस्लाम होने तो बाद इंडिया भी साढ़े बाबियां पता है उन्होंने जैनम दीन ना मिले और उन्होंने खावन ममन दिन मिलिया थोड़े खालस ले बाबू पता है साढ़े बाबे बाबा सिंह पाकिस्तान आए जो बंदर ने ना छोड़ा ना जैन बीबी है, 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 है।, है। इन्होंने ममन पता नहीं कुछ और लोड़ी हूँ साढ़े बा ममन जी दीन उन्नीस सौ बहठ च फोत हुई है जिन्हें खबर थो खालस मौजूद है नानी उन्नीस सौ कहत्तर फोत हो जिन्हें कबर मौजूदा ਕਿ ਨਾਨੀ ਉਹਨਾਂ ਨੂੰ ਕੀ ਹੋਇਆ ਸਾ ਕਿ ਉਹਨਾਂ ਆਪਣੇ ਵੜਕਿਆਂ ਕੀ ਯਾਦ ਕਰ ਕਰਕੇ ਕਿ ਉਹਨਾਂ ਨਾ ਬਣੀ ਸਾ ਸਾਡੀ ਨਾਨੀ ਜਦੋਂ ਇਸਲਾਮ ਕਬੂਲ ਕਰਨੇ ਤੋਂ ਬਾਅਦ ਉਹ ਉਹਨਾਂ ਦਾ ਜ਼ੈਨ ਚਲਾ ਗਿਆ ਉਹ ਜਦੋਂ ਵੀ ਗੱਲ ਕਰਨੇ ਸੇ ਆਪਣੇ ਬਾਬਾ ਜੀ ਆਪਣੀ ਮਾਂ ਨੂੰ ਆਪਣੇ ਬਾਬਾ ਖੈਮ ਸਿੰਘ ਨੂੰ ਯਾਦ ਕਰਦੇ ਸੇ ਉਹ ਪਾਗਲ ਹੋ ਕੇ ਨੇ ਉਹਨਾਂ ਇਸ ਥੋਏ ਖਾਲਸੇ ਨੇ ਵਿੱਚ रात दिहाड़ियाँ पागलों कड़िया ने उन्होंने धी अकबर जान से जी बेवली शादी हुई थी जिसना मैं पुत्र खता हाँ सा माँ असी दो साल में सारी माँ पागल होगी अपने बाबा याद करते रहे हूँ पता चला है दो तीन साल हो गए साड़ी नानी क्यों पागल हुई और ना माँ जी क्यों पागल हो सू पता चल कि इन्हों जुलम होक खसे गए इस्लाम कबूल करने तो बाद इन्हों हक मारे गए हैं इन्हों जुल्म होए ने ਇਸ ਵਾਸਤੇ ਜੈਨ ਕੋਈ ਬੈਠੀਆਂ ਆਪਣੇ ਆਪ ਪੜਾ ਪੜਾ ਕੇ ਆਪਣੇ ਭਾਬਿਆਂ ਦੀ ਯਾਦ ਕਰਨੇ ਕਰਨੀ ਇਸ ਦੁਨੀਆ ਚਲੀਆਂ ਗਈਆਂ ਦੁੱਖ ਤਾਉਣਾ ਸੀ ਜਦੋਂ ਇੱਕ 2 ਸਾਲ ਦਾ ਬੱਚਾ ਜਿਸ ਆਪਣੀ ਮਾਂ ਮਾਂ ਨੂੰ ਸਹੀ ਦੇਖਿਆ ਨਹੀਂ ਹੈ ਪਾਗਲ ਹਾਲਤ ਚ ਦੇਖਿਆ ਨਾਨੀ ਕੀ ਵੀ ਪਾਗਲ ਹਾਲਤ ਵਿੱਚ ਦੇਖਿਆ ਕਿਸ ਤਰ੍ਹਾਂ ਮਹਿਸੂਸ ਹੋਣਾ ਸਾਨੂੰ ਬਹੁਤ ਜ਼ਿਆਦਾ ਮਹਿਸੂਸ ਹੋਣਾ ਅਸੀਂ ਤੁਹਾਨੂੰ ਕਿਸੇ ਤਰ੍ਹਾਂ ਦੱਸਿਆ ਕਿ ਅਸੀਂ ਰਾਤੀ ਵੀ ਰੋਦੇ ਹਾਂ ਦਿਹਾੜੀ ਵੀ ਰੋਦੇ ਹਾਂ ਉਹਨਾਂ ਦੀ ਯਾਦ ਕਰੀ ਕਿ ਕਿਹਨਾਂ ਬਾਬਿਆਂ ਕਿਉਂ ਹੋ ਸਕਦੇ ਸਹੀ ਸਾਨੂੰ ਕੱਲਾ ਕਿਉਂ ਛੋੜਿਆ ਨੇ ਸਾਡੀ ਪਿੱਛ ਕਿਉਂ ਨਹੀਂ ਨੇ ਕੀਤੀ ਸਾਨੂੰ ਕੱਲਾ ਛੋੜ ਤਨੇ ਲੋਕਾਂ ਸੰਨ ਬੜੇ ਜ਼ੁਲਮ ਕੀਤੇ ਅਸੀਂ ਰਿਕਵੈਸਟ ਕਰਨੇ ਆ ਕਿ ਬਾਬਾ ਜੀ ਤੁਸੀਂ ਕਿੱਥੇ ਹੋ ਸਾਨੂੰ ਪੁਕਾਰ ਹੋਸੀ ਤੁਹਾਡੀ ਉਲਾਦ ਆ ਤੁਸੀਂ ਸਾਡੇ ਨਨਕੇ ਹੋ ਇਹਨਾਂ ਲੋਕਾਂ ਜੜੀਆਂ ਸਾਡੀਆਂ ਮਾਵਰੀਆਂ ਨਾਲ ਸਾਡੇ ਨਾਨੀ ਨਾਲ ਬੜੇ ਜ਼ੁਲਮ ਕੀਤੇ ਨੇ ਜਿਵੇਂ ਖਸ ਲੀਤੀਆਂ ਨੇ ਘਰ ਖਸ ਲੀਤੇ ਨੇ ਤੁਸੀਂ ਇਹ ਜਿਸ ਜਾਈ ਖਾਤੇ ਹੋ ਇਹ ਸਾਡੀ ਮਾਂ ਦੀ ਜਗ੍ਹਾ ਨਾਨੀ ਦੀ ਜਗ੍ਹਾ ਹੈ ਇਹ ਉਹਨਾਂ ਦੇ ਘਰ ਸੰਚੜੇ ਮਹਿਲ ਬਣੇ ਵੇ ਲੇਕਿਨ ਅਸੀਂ ਅਸੀਂ ਉਸ ਕਰਨੇ ਵਿੱਚ ਵੀ ਨਹੀਂ ਜਾ ਸਕਨੇ ਆ ਗਵਰਨਮੈਂਟੋਂ ਤੇ ਸਕੂਲ ਬਣਾਤਾ ਹੈ ਬਾਕੀ ਜਿਹੜੇ ਪਟਵਾਰੀ ਮੁੰਛੀ ਨੇ ਇਹਨਾਂ ਆਪਣੇ سینੇ ਜ਼ੋਰੀ ਨਾਲ ਆਪਣੇ ਪੇਟ ਪਰਨ ਦੀ ਖਾਤਰ ਜਾਲੀ ਕਾਗਜ਼ ਬਣਾਈ ਨਹੀਂ ਲੋਕਾਂ ਕੀ ਦਿੱਤੇ ਨੇ ਸਾੜੀਆਂ ਜ਼ਮੀਨਾਂ ਸੇਲ ਤੇ ਕਰਨੇ ਲਈ ਆਜ਼ਾਦ ਸੜਕ ਵਾਸ਼ ਕਰਨੇ ਸਾਡੇ ਬਾਬੇ ਚੜੀਂਦੀਆਂ ਨੇ ਇਹ ਤੁਸਾਂ ਦੀਆਂ ਚੀਜ਼ਾਂ ਸੀ ਜਿਹੜੀਆਂ ਅਸਾਂ ਕੀ ਦਿੱਤੀਆਂ ਨੇ ਤੁਸਾਂ ਹੁਣ ਫਿਰ ਚਲ ਸੋ ਅਸਾਂ ਦੇ ਨਾਲ ਅਸਾਂ ਕੀ ਤਕਾਸੋ ਜਗਾਵਾ ਉਹ ਜਾਈਆਂ ਜਿੱਥੇ ਤੁਸਾਂ ਨੂੰ ਤੁਸਾਂ ਦੇ ਵੱਡੇ ਤੁਸਾਂ ਵਟਕੇ ਦੱਸਨੇ ਰਹੇ ਨੇ ਕਿ ਵੀ ਇਹ ਰਕਵੇ ਸਾਡੇ ਸੇ ਆਕਾਰ ਸਾਡਾ ਸਾ ਜਿਸ ਨਾਲ ਤੁਸਾਂ ਦੱਸਿਆ ਬਾਵੇ ਉਹਨਾਂ ਦੀ ਜਿਹੜੀ ਕਬਰ ਹੈ ਉਹਦੇ ਉੱਪਰ ਵੀ ਬਲਦੀਅਤ ਜਿਹੜੀ ਹੈ ਉਹ ਲਿਖੀ ਵੀ ਬਿਲਕੁਲ ਬਾਵੇ ਨੇ ਜਿਹੜੀ ਪੜੀ ਲੱਗੀ ਉਹਦੇ ਉੱਤੇ ਬਲਦੀਅਤ ਲਿਖੀ ਹੈ ਅਰ ਸ਼ੈ ਲਿਖੀ ਉਹ ਸਾਨੂੰ ਸਾਰੀਆਂ ਜਗ੍ਹਾ ਪਤਾ ਨੇ ਅਸੀਂ ਅਜੇ ਤੱਕ ਇਹਨਾਂ ਨੂੰ ਹਾਥ ਨਹੀਂ ਪਾਇਆ ਅਸੀਂ ਸਾਰੀ ਜ਼ਿੰਦਗੀ ਸਾਊਦੀ ਅਰਬ ਦਬਈ ਅਸੀਂ ਚਾਰ ਪੜਾਏ ਆ ਚਾਰੇ ਬਾਦ ਆ ਸਾਡੇ ਬੱਚੇ ਵੀ ਦੇ ਨੇ ਸਾਡੇ ਵਾਲਦ ਸਾਹਿਬ ਵੀ ਦੇ ਨੇ ਹੁਣ ਜਦੋਂ ਸਾ ਪਾਕਿਸਤਾਨ ਸਾਡੇ ਕਲੀਅਰ ਹੋਈ ਤਾਂ ਆ ਤੁਸੀਂ ਆਪਣੀ ਜਗ੍ਹਾ ਤੱਕ ਨਹੀਂ ਦਿੱਤਾ ਸੀ ਨਾ ਜ਼ੋਰ ਲੋਕ ਬੈਠੇ ਜਿਹੜੇ ਕਬਜ਼ੇ ਕਰੀ ਕੇ ਦਾ ਨਾ ਬਾਕੀ ਅਸਾਂ ਜਿਸ ਪਟਵਾਰੀ ਕੋਲ ਜਾਣਿਆ ਕਿ ਸਾਡੇ ਕਾਗਜ਼ ਕੱਢੀ ਕੋਈ ਆਦਾ 50000 ਦੇ ਦਿਓ ਕੋਈ ਆਦਾ ਲੱਖ ਦੇ ਦਿਓ ਸਾਰੇ ਗੱਲ ਦੱਸੋ ਅਸੀਂ ਆਪਣੇ ਬਾਬੇ ਦੀਆਂ ਚੀਜ਼ਾਂ ਕੱਢ ਰਹੇ ਆ ਜਾਂ ਅਸੀਂ ਕਿਸੇ ਦੀਆਂ ਚੀਜ਼ਾਂ ਮੰਗ ਰਹੇ ਆ ਜੇ ਇਹਨਾਂ ਨੂੰ ਪੈਸੇ ਦਿਓ ਇਹ ਪਟਵਾਰੀ ਤਹਿਸੀਲਦਾਰ ਇਹਨਾਂ ਕੋਲ ਤੁਸੀਂ ਇੱਕ ਪੇਪਰ ਲੈਣ ਜਾਓ ਇਹ ਤੁਹਾਡੇ ਕੋਲ 10-20000 ਰੁਪਏ ਲੈ ਲੈਣੇ ਅਸੀਂ ਬੜੀ ਮੁਸ਼ਕਲ ਨਾਲ ਕਾਗਜ਼ ਇਕੱਠੇ ਕੀਤੇ ਨੇ ਆਪਣੇ ਬਾਬਾ ਗੁਰਬੁਜ ਸਿੰਘ 베ਦੀ ਨੇ ਖੇਮ ਸਿੰਘ 베ਦੀ ਨੇ ਔਰ ਬਾਬਾ ਇਰਾ ਨੇ ਜਿਹੜੇ ਥੋਏ ਚ ਦੇਣੇ ਸੇ ਚਲੋ ਅਸੀਂ ਰਿਕੁਐਸਟ ਕਰਨੀ ਹੈ ਜੀ ਆਪਣਾ ਸਾਡੇ ਬੜੇ ਪਿਆਰੇ ਦੋਸਤ ਨੇ ਬੜੇ ਬੜੇ ਅੱਛੇ ਦੋਸਤ ਨੇ ਵਿੱਚ ਅਸੀਂ ਜਿੱਥੇ ਵੀ ਜਾਂਦੇ ਹਾਂ ਤਹਿਸੀਲ ਆਫਿਸ ਦੇ ਵਿੱਚ ਪਟਵਾਰ ਖਾਨੇ ਦੇ ਵਿੱਚ ਸਾਨੂੰ ਬੜਾ ਪੋਜ਼ਿਟਿਵ ਰਿਸਪੌਂਸ ਮਿਲਦਾ ਹਾਂ ਉਮੀਦ ਕਰਦੇ ਹਾਂ ਕਿ ਇਹ ਵੀਡੀਓ ਦੇਖਣ ਤੋਂ ਬਾਅਦ ਜਗ੍ਹਾ ਜਿਹੜੀਆਂ ਨੇ ਉਹ ਬਹੁਤ ਤੇਜ਼ੀ ਨਾਲ ਵਿਕਦੀਆਂ ਜਾ ਰਹੀਆਂ ਨੇ ਔਰ ਕਮਰਸ਼ੀਅਲਾਈਜ਼ ਹੋ ਰਹੀਆਂ ਨੇ ਅਗਰ ਤੁਸੀਂ ਦੇਖੋ ਮੈਂ ਲਾਸਟ ਟਾਈਮ ਜਦੋਂ ਆਇਆ ਸੀ ਇਹ ਬਿਲਕੁਲ ਕੋਈ ਆਬਾਦੀ ਨਹੀਂ ਸੀ ਇਹ ਦੇਖੋ ਜਰਾ ਹੁਣ ਤੁਸੀਂ ਆਬਾਦੀ ਦਾ ਦੇਖੋ ਇਹ ਪੂਰੀ ਬਾਗ ਦੀ ਆਬਾਦੀ ਅਤੇ ਸਿਰਫ ਖੇਤੀ ਹੁੰਦੀ ਸੀ ਸਿਰਫ ਖੇਤੀ ਸੀ ਸਾਡਾ ਇਹ ਬਾਗ ਸੀ ਬਾਬਾ ਜੀ ਦੇ ਵਿੱਚ ਨ ਸੇਲ ਕਰਦੇ ਉਸਨੇ 2-300 ਕਲਾਲ ਦਾ ਰਕਬਾ ਸੀ ਜਿਹੜਾ ਕਿ ਇਹਨਾਂ ਲੋਕਾਂ ਛੋਟੇ-ਛੋਟੇ ਕਾਗਜ਼ ਬੰਦਾ ਕੇ ਦੋ ਨੰਬਰੀ ਕਰਕੇ ਇਹ ਸੇਲ ਕਰ ਲਏ ਨੇ ਲੋਕਾਂ ਦੀਆਂ ਦੇ ਆਸ਼ਾ ਬਣਦੇ ਨੇ ਅਸੀਂ ਕਾਫ ਹਕ ਮੁਤਕ ਜਿਹੜੀ ਉਹਨਾਂ ਨੇ ਦਾਰਾ ਹੈ ਉਸਨੇ ਕਿ ਰਿਕਵੈਸਟ ਕਰਨਾ ਹੈ ਕਿ ਸਾਡਾ ਹੱਕ ਸਾਨੂੰ ਵਾਪਸ ਦਿਓ ਜਿਹੜੇ ਜਣੀਆਂ ਕਬਜ਼ ਕਾਬਜ਼ ਬੈਠੇ ਨੇ ਠਾਲੋ ਸਾਡੇ ਕੋਲ ਕਾਗਜ਼ ਮੌਜੂਦ ਨੇ ਸਾਨੂੰ ਤੁਸੀਂ ਦੱਸੋ ਕਿਹੜੀ ਜਾਈ ਜਾਣਾ ਸੀ ਆਪਣੇ ਕਾਗਜ਼ਾਤ ਲੈ ਕੇ ਤੁਹਾਡੇ ਕੋਲ ਆਜ਼ਾਦ ਹੋਣੇ ਹੋ ਮੇਜ਼ਬਾਨੀ ਕੀਤੀ ਜਾਏ ਸਾਡੇ ਹੱਕ ਦੁਲਾਏ ਜਾਣ ਚੱਲਦੇ ਹਾਂ ਅੱਗੇ ਤੇ ਦੇਖਦੇ ਹਾਂ ਤਾਰੀਖ ਦੇ ਦੂਸਰੇ ਤੱਥ ਜਿਹੜੇ ਕਿ ਬਾਬਾ ਗੁਰੂ ਨਾਨਕ ਸਾਹਿਬ ਦੀ ਆਂਛ ਵੰਛ ਦੇ ਨਾਲ ਜਾ ਕੇ ਮਿਲਦੇ ਹਨ ਤੁਸੀਂ ਦੇਖ ਰਹੇ ਹੋ ਰੇਡੀਓ ਸਾਡੇ ਵਾਲਾ ਐਂਡ ਵੈਬ ਟੀਵੀ ਸਾਡੇ ਵਾਲਾ ਆ ਸ਼ਾਹਿਦ ਸ਼ਬੀਰ ਅਫੀਸ਼ੀਅਲ ਔਰ ਪ੍ਰੋਗਰਾਮ ਅਸੀਂ ਕੀ ਕਰ ਰਹੇ ਹਾਂ ਵਿਸ਼ੋੜਾ ਜਿਹੜੇ ਕਿ 1947 ਦੇ ਵਿੱਚ ਪਹਿਲੇ ਆਪਾਂ ਬਿਟਰ ਟਰੂਥਸ ਆਫ ਦੀ 1947 ਕਰਦੇ ਸਾਂ ਯਾਨੀ ਕਿ ਖੋਰੇ ਸੱਚ 47 ਦੇ ਉਹਨੂੰ ਹੀ ਲੈ ਕੇ ਕਿਉਂਕਿ ਕੁਝ ਲੋਗ ਇਸ ਤਰ੍ਹਾਂ ਬੇਤਰਤੀਬਾ ਕੰਮ ਸ਼ੁਰੂ ਕਰ ਦਿੱਤਾ ਸੀ ਜਿਹਦੀ ਵਜ੍ਹਾ ਨਾਲ ਮੈਂ ਆਪਣਾ ਕੰਮ ਰੋਕਿਆ ਸੀ ਹੁਣ ਲੋਗਾਂ ਦੇ ਫੇਰ ਬਹੁਤ ਪੂਰੇ اسرਾਰ ਰਾਤ ਨੂੰ 1:00 ਵਜੇ 2:00 ਵਜੇ ਮੈਨੂੰ ਕਾਲਸ ਆਉਂਦੀਆਂ ਨੇ ਮੇਰੀ ਰੂਹ ਵੀ ਹਿਲ ਜਾਂਦੀ ਹੈ ਜਿਸ ਵੇਲੇ ਕਹਿੰਦੇ ਨੇ ਕਿ ਬਾਬਾ ਜੀ ਰੱਬ ਤੋਂ ਬਾਅਦ ਤੁਸੀਂ ਹੋ ਨਜ਼ਰ ਆ ਰਹੇ ਹੋ ਜਿਨ੍ਹਾਂ ਦੀ ਆਵਾਜ਼ ਦੇ ਥਰੂ ਸਾਡੀ ਆਵਾਜ਼ ਜਿਹੜੀ ਹੈ ਜਗਤ ਸੰਗਤ ਤੱਕ ਪਹੁੰਚ ਸਕਦੀ ਹੈ ਮੈਂ ਨਕਮਾ ਕਿਸ ਕਾਰਨ ਹਾਂ ਮੈਂ ਕਵਾਂਗਾ ਕਿ ਜੇ ਸੰਗਤ ਜਿਹੜੀ ਹੈ ਪੰਜਾਬੀ ਸੰਗਤ ਹੈ ਉਹ ਦੇਖਦੀ ਉਹਨਾਂ ਦੀ ਮਿਹਰਬਾਨੀ ਹੈ ਉਹਨਾਂ ਦਾ ਪਿਆਰ ਹੈ ਤੇ ਮੈਂ ਉਮੀਦ ਕਰਦਾ ਹਾਂ ਕਿ ਅੱਜ ਦਾ ਤੁਹਾਨੂੰ ਐਪੀਸੋਡ ਬਹੁਤ ਅੱਛਾ ਲੱਗੇਗਾ ਔਰ ਬਹੁਤ ਡਿਫਰੈਂਟ ਲੱਗੇਗਾ ਖਾਸ ਕਰਕੇ ਕਲਸਾ ਪੰਥ ਵਾਸਤੇ ਜਿਹੜੇ ਨਾਨਕ ਨਾਮ ਲੇਵਾਂ ਨੇ ਜਿਨ੍ਹਾਂ ਦੀ ਤਾਦਾਦ ਕਰੋੜਾਂ ਦੇ ਵਿੱਚ ਹੈ ਉਹਨਾਂ ਨੇ ਭਾਈ ਸਾਹਿਬ ਦੀ ਦਰਦ ਭਰੀ ਆਵਾਜ਼ ਜ਼ਰੂਰ ਸੁਣੀ ਹੋਏਗੀ ਉਸ ਦਿਨ ਵੀ ਕਿਹਾ ਸੀ ਕਿ ਅਸਲ ਚ ਤੇ ਵੰਡ ਪੰਜਾਬ ਦੀ ਹੋਈ ਹੈ ਪੰਜਾਬੀਆਂ ਦੀ ਹੋਈ ਹੈ ਬੰਗਾਲ ਵੰਡਿਆ ਗਿਆ ਕਸ਼ਮੀਰ ਵੰਡਿਆ ਗਿਆ ਬਾਕੀ ਤਾਂ ਸਾਰਾ ਪਾਕਿਸਤਾਨ ਵੀ ਉੱਥੇ ਹੀ ਹੈ ਔਰ ਹਿੰਦੁਸਤਾਨ ਵੀ ਉੱਥੇ ਹੈ ਤੇ ਚੱਲਦੇ ਆਂ ਔਰ ਦੇਖਦੇ ਆਂ ਜੀ ਅੱਗੇ ਬਾਬਾ ਜੀ ਸਾਨੂੰ ਕੀ ਕੀ ਦਿਖਾਉਂਦੇ ਨੇ